ਅਸਲਾਮ ਅਲੈਕੁਮ ਨਾਜ਼ਰੀਨ, ਚੁਆ ਖਾਲਸਾ ਅੱਡੇ ਵੱਲੋਂ ਤੁਸਾਂ ਕੀ ਕਲਰ ਸਹੀਦਾਂ ਅਪਰ THQ ਤੱਕ ਪੂਰਾ ਕਲਰ ਸਹੀਦਾਂ ਵੀ ਔਰ ਇੱਥੋਂ ਤੋੜ ਤੁਸਾਂ ਕੀ ਰੋਡ ਵੀ ਦੱਸਣੇ ਆ, ਰੋਡ ਦੀ ਪੋਜੀਸ਼ਨ ਔਰ ਇਸਨੀ ਜਿਹੜੀ ਤਾਜ਼ਾ ਤਰੀਨ ਅਪਡੇਟ ਹੀ ਹੈ ਉਹ ਵੀ ਤੁਸਾਂ ਕੀ ਅੱਜ ਦੇਣੇ ਆ ਜੀ। ਜੁਮਰਾਤ ਅੱਜ ਹੈ 2024 ਅਤੇ ਅਸਾਂ ਇਸ ਲਈ ਯੂਨੀਅਨ ਕੌਂਸਲ ਚੁਆ ਖਾਲਸਾ ਕੋਲੋਂ ਸੱਜੇ ਪਾਸੇ ਤੱਕੋ ਨਾਇਰ ਜੀ ਗੁਜ਼ਰਨੇ ਹਾਂ ਵੀ, ਅਤੇ ਪਟਵਾਰਖਾਨਾ ਵੀ ਇੱਥੇ ਹੀ ਹੈ। ਕਾਫੀ ਸਾਰੇ ਬਾਬ ਇਹ ਆਖਣੇ ਸੀ ਪਏ ਕਿ ਅਸਾਂ ਕੀ ਜਲਦੀ ਜਲਦੀ ਦੱਸੋ। ਸਭ ਤੋਂ ਪਹਿਲੇ ਤਾਂ ਅਸਾਂ ਤੁਸੀਂ ਦੱਸਿਆ ਕਿ ਦਾਨ ਗਲੀ ਸੁਕਣੀ ਜਿਹੜਾ ਡਡਿਆਲ ਆਜ਼ਾਦ ਜੰਮੂ ਕਸ਼ਮੀਰ ਵਾਲਾ ਰੋਡ ਹੈ, ਦਾਨ ਗਲੀ ਧੁਕਣੀ ਦੇ ਸ਼ਹਾਕੀ ਤੱਕ ਰੋਡਾਂ ਪਰ ਕੰਮ ਹੋਣਾ ਹੈ ਪਿਆ, ਬੈੱਡ ਉਸ ਨੂੰ ਤਿਆਰ ਕਰ ਰਹੇ ਹਨ ਪਏ। ਉਹ ਵੀ ਤੁਸਾਂ ਕੀ ਇਨਸ਼ਾਅੱਲਾ ਜੇ ਕੋਈ ਹਫ਼ਤੇ ਡੇਢ ਹੈਗੀ ਉਹ ਵੀ ਦੱਸਾਂ, ਕਿਉਂਕਿ ਹਾਲੇ ਉਹ ਬੈੱਡ ਬਣਾਉਣੇ ਪਿਆ ਗਿਆ ਤੁਸੀਂ, ਮੈਂ ਇੱਕ ਦਿਨ ਉਹ ਰਾਤੀ ਦੱਸਿਆ ਵੀ ਸਾ। ਅਤੇ ਇਹ ਅਸਾਂ ਹੁਣ ਇਸ ਲਈ ਇਹ ਮੋੜ ਮੁੜੇ ਹਾਂ ਜੀ, ਚੋਏ ਵਾਲਾ ਥੱਲੇ ਜਿਹੜਾ ਹੈ ਹਸਪਤਾਲ ਵਾਲਾ ਮੋੜ, BHU ਨੇ ਧੂੜ ਪੱਟੀ ਹੋਈ ਨੇ, ਲੇਕਿਨ ਚਲੋ ਅੱਲਾ ਨੇ ਜ਼ਾਤ ਬਿਹਤਰ ਕਰ ਸੀ, ਪਿੱਛਾ ਤਾਂ ਅਸਾਂ ਵੀ ਨਾ ਛੋੜਨੇ। ਅਤੇ ਇਹ ਜਨਾਬ ਜਿੱਥੇ ਖੂਸ਼ ਹੋਏ ਨੇ ਅਤੇ ਮੋੜ ਕਾਫੀ ਖੁੱਲ੍ਹਾ ਕੀਤਾ ਨੇ, ਔਰ ਇਸਨੇ ਨਾਲ ਨਾਲ ਬੜਾ ਕਮਾਲ ਇਹ ਹੈ ਜੀ ਕਿ ਪੁੱਲ ਜਿਹੜਾ ਉਹ ਥੱਲੇ ਉਸਨੇ ਉਹ ਜਿਹੜਾ ਬੈੱਡ ਹੈ ਆ ਕੰਕਰੀਟ ਜਿਹੜੀ ਆ ਉਹ ਥੱਲੇ ਪਾਸੇ ਵੀ ਕਰਨੇ ਹਨ ਪਏ। ਅਤੇ ਇਹ ਜਗ੍ਹਾ ਕਾਫੀ ਖੁੱਲ੍ਹੀ ਜਗ੍ਹਾ ਹੋਈ ਗਈ ਹੈ ਅਤੇ ਸਾਹਮਣੇ ਪੁੱਲ ਹੈ ਔਰ ਡਬਲ ਰੋਡ ਜਿਹੜੀ ਹੈ ਪੁਲੂ ਪਾਰ, ਇਹ ਹੁਣ ਇੱਥੇ ਲੱਗੇ ਵੇ ਕੰਮ ਸ਼ੰਮ ਹੋਣਾ ਹੈ ਪਿਆ, ਇਸ ਗੱਡੀਆਂ ਵਗੈਰਾ ਲੰਘਣੀਆਂ ਔਰ ਕਿਸੇ ਜਾ ਕੇ ਖਰਾਬ ਹੈ ਭੱਟੀ ਦੁਬਾਰਾ ਉਸਨੇ ਵਿੱਚ ਜਿਹੜਾ ਇਹ ਮਿੱਟੀ ਵਗੈਰਾ ਉਹ ਬਾਹਣੇ ਨੇ ਪਏ ਜਾਂ ਗੈੜਾ ਵਗੈਰਾ ਉਹ, ਇਸ ਲਈ ਪੁੱਲੇ ਪਰ ਗੁਜ਼ਰਨੇ ਆ ਪਏ। ਪੁੱਲੇ ਨਹੀਂ ਹਾਲੇ ਜਨਾਬ, ਮਾਲਕ ਖਾਨ ਪੁੱਲ ਸੋਹਣਾ ਹੋਈ ਗਿਆ, ਸਿਰਫ ਹੁਣ ਤੱਕਣੀਆਂ ਕਿ ਸਾਈਡਾਂ ਪਰ ਉਸੇ ਤਰ੍ਹਾਂ ਕਿਲੇ ਠੁਕੀਆਂ ਨੇ ਜਾਂ ਕੋਈ ਸੇਫਟੀ ਵੱਲ ਕਰਨੇ ਹੁੰਦੀ। ਕਈ ਵਾਰੀ ਤੱਕਿਆ ਅਸਾਂ ਕਿ ਮੋਟਰਸਾਈਕਲ ਉੱਪਰ ਟੰਗੇ ਤਾਂ ਬੰਦਾ ਗਾਇਬ ਜੀ, ਅਤੇ ਜਿਹੜੇ ਮੋਟਰਸਾਈਕਲਾਂ ਕੋਲ ਪਹੁੰਚੇ ਥੱਲੇ ਜਾਣਾ ਆਏ ਆਏ ਕਰਨਾ ਪਿਆ ਕਿ ਟਠਾਂ ਜੀ ਲੱਗੀ ਡਾਡੀ ਬੱਟੇ ਥੱਲੇ ਜੀ, ਫਿਰ ਲੱਗਣੀ ਤਾਂ ਥਈ ਹੈ ਅਤੇ ਸੇਫਟੀ ਲਾਜ਼ਮੀ ਹੈ ਜੀ। ਇਸ ਲਈ ਅਸਾਂ ਬੈਰੀਆ ਫਾਊਂਡੇਸ਼ਨ ਕਾਲਜ ਹੈ ਜਿਹੜਾ ਸਕੂਲ ਨੂੰ ਕਾਲਜ ਉਸ ਕੋਲ ਪਹੁੰਚੇ ਹਾਂ ਹੈਦਰੀ ਕਲੋਨੀ, ਇੱਥੋਂ ਫਿਰ ਅੱਗੇ ਕੰਮ ਸ਼ੁਰੂ ਹੋ ਸੀ ਜੀ। ਅਤੇ ਬਾਬ ਕੀ ਇਹ ਵੀ ਆਖਾਂ ਕਿ ਇਹ ਜਿਹੜੀਆਂ ਚੀਜ਼ਾਂ ਹਨ ਇਹਨਾਂ ਦਾ ਖਾਸ ਖਿਆਲ ਰੱਖੋ, ਸਿਆਸਤ ਦੀ ਨਜ਼ਰ ਨਾਲ ਇਹਨਾਂ ਕੀ ਹੋਣ ਦੇ ਬਰਾਏ ਮਿਹਰਬਾਨੀ, ਕਿਉਂਕਿ ਇਹ ਇਹਨਾਂ ਕੀ ਤਾਂ ਕੋਈ ਪਰਵਾਹ ਨਹੀਂ ਹੈ ਸਿਆਸੀਆਂ ਕੀ ਕਿ ਬਾਈ ਕੰਮ ਹੋਣਾ ਜਾਂ ਨਹੀਂ ਹੋਣਾ, ਉਹਨਾਂ ਦੀ ਤਾਂ ਆਪਣੀ ਜਾਇਜ਼ ਹੈ ਕਿ ਅਸਾਂ ਹਰ ਪਾਸੇ ਨੰਬਰ ਬਣਨੇ ਚਾਹੀਦੇ। ਇਹ ਜਨਾਬ ਇੱਥੋਂ ਮੁਕੰਮਲ ਇਹ ਰੋਡ ਹੋਈ ਹੈ, ਇਹ ਜਿਹੜਾ ਰੋਡ ਅਸਾਂ ਜਿਸਨੇ ਪਜਾਣਿਆ ਪਏ ਇਹ ਇਸ ਨੂੰ ਡਬਲ ਕਾਰਪੇਟਿੰਗ ਹੋਈ ਚੁੱਕੀ ਹੈ, ਇੱਥੋਂ ਸ਼ੁਰੂ ਹੋਈ ਹੈ ਤਾਂ ਅੱਗੇ ਤੁਸੀਂ ਜੋਲੇ ਹਾਂ ਕਿ ਤੱਕਣੇ ਹਾਂ ਕਿਹੜੀ ਜਗ੍ਹਾ ਤੱਕ ਇਹ ਡਬਲ ਕਾਰਪੇਟਿੰਗ ਹੋਈ ਹੈ। ਇਹ ਮੁਕੰਮਲ ਰੋਡ ਮੁਕੰਮਲ ਹੈ, ਇਸ ਦੀ ਸਾਈਡ ਪਰ ਹੁਣ ਸ਼ੋਲਡਰ ਜਿਹੜੇ ਉਹ ਬਣਾ ਸਨ ਜਿੱਥੇ ਨਾਲੀਆਂ ਬਣੀਆਂ ਪਈਆਂ ਉੱਥੇ ਨਾਲੀਆਂ ਬਣਾਉਣੇ ਹਨ ਪਏ, ਅਤੇ ਕੰਮੇ ਦੀ ਰਫ਼ਤਾਰ ਵੀ ਠੀਕ ਹੈ। ਅਸਲ 'ਚ ਹੋਣਾ ਇਸ ਤਰ੍ਹਾਂ ਕਿ ਬਾਰਿਸ਼ਾਂ ਵਿੱਚ ਜਿਹੜੀਆਂ ਉਹ ਤੋਂ ਕੁਦਰਤ ਨਾਲ ਬਾਰਿਸ਼ਾਂ ਵੀ ਹੋ ਜਾਂਦੀਆਂ, ਇਸ ਜਗ੍ਹਾ ਬੜੇ ਮਸਲੇ ਸੇ ਅੰਧਾ ਮੋੜ ਸਾ ਹੈ, ਇਸ ਕੀ ਕਾਫੀ ਇੱਕ ਤਾਂ ਖੁੱਲ੍ਹਾ ਕੀਤਾ ਨੇ, ਦੂਆ ਹੈ ਕਿ ਹੁਣ ਇਸ ਲਈ ਜਿਹੜੀ ਬੂਟੀ ਵਗੈਰਾ ਸੀ ਫਿਲਹਾਲ ਤਾਂ ਨਹੀਂ, ਜਿਹੜਾ ਬੂਟੀ ਹੋਈ ਤਾਂ ਫਿਰ ਪਤਾ ਨਹੀਂ ਕਿਹਾ ਉਹ ਸੀ,
ਸੌ ਡਿਜੂ ਗੁਜ਼ਰੇ ਵੀ ਸੱਜੇ ਪਾਸੇ ਸਕੂਲ ਹੈ ਅਤੇ ਖੱਬੇ ਪਾਸੇ ਕ੍ਰਿਕਟ ਨਾਲ ਗਰਾਊਂਡ ਹੈ ਔਰ ਅਸਾਂ ਹੁਣ ਇਸ ਲਈ ਪਹੁੰਚਣੇ ਵਾਲੇ ਹਾਂ ਜਾਮਿਆ ਮਈਉਦੀਨ ਸਦੀਕੀਆ ਨਹਿਰੀਆਂ ਸ਼ਰੀਫ ਇਹ ਮਦਰਸਾ ਜੀ ਇੱਥੋਂ ਫਿਰ ਹੁਣ ਅੱਗੇ ਤੁਸਾਂ ਦੀ ਤੋੜ ਇਨਸ਼ਾ ਅੱਲਾਹ ਇਹ ਜਨਾਬ ਫੋਟੋ ਹੋਈਆਂ ਜਲੇਬੀਆਂ ਜਿਹੜੇ ਫਟੋ ਇਹ ਖੱਬੇ ਪਾਸੇ ਜਿਹੜਾ ਤਰਪਾਲ ਲਗਾ ਇਸ ਲਈ ਪਕੌੜੇ ਜਲੇਬੀ ਬਾਕੀ ਵੀ ਇਹਦੇ ਜਿਹੜੀ ਚੀਜ਼ ਆਖੋ ਉਹ ਵੀ ਬਣਾਈ ਦੇਣੀ ਜੀ ਕਿਸੇ ਜ਼ਮਾਨੇ 'ਚ ਅੱਛਾ ਹੋਟਲ ਲਾਉਣਾ ਹੋਣਾ ਤਾਂ ਲੇਕਿਨ ਹੁਣ ਜਿਹੜੇ ਮੁਲਕੀ ਕ੍ਰਾਈਸਿਸ ਦੀ ਵਜ੍ਹਾ ਨਾਲ ਕਾਫੀ ਸਾਰੇ ਕਾਰੋਬਾਰ ਘੱਟ ਹੋਈ ਗਏ ਹੁਣ ਇਹ ਹੈ ਕਿ ਜਿੱਥੇ ਅੱਗੇ ਬਹੁਤ ਸਾਰੀਆਂ ਚੀਜ਼ਾਂ ਇਸਤੇਮਾਲ ਕਰਨੀਆਂ ਸੀਆਂ ਹੋਰ ਚੀਜ਼ਾਂ ਅਸਾਂ ਕੱਟ ਕਰੀ ਛੋੜੀਆਂ ਜਿਸ ਤਰ੍ਹਾਂ ਹੁਣ ਬਿਜਲੀ ਨੇ ਬਿੱਲ ਲਏ ਟੈਲੀਫੋਨ ਨੇ ਬਿੱਲ ਲਏ ਪਾਣੀਆਂ ਨੇ ਲੋਕਾਂ ਨੇ ਬਿੱਲ ਲਏ ਰਸੋਈ ਗੈਸ ਨੇ ਬਿੱਲ ਲਏ ਇੱਥੇ ਤਾਂ ਬਿੱਲ ਬਿੱਲ ਹੀ ਖੇਨੇ ਨੇ ਭੇਜੀ ਅਤੇ ਬਿੱਲ ਭੇਜੀ ਭੇਜੀ ਤਾਂ ਆਵਾਮ ਬਿਲਕੁਲ ਖਾਮੋਸ਼ੀ ਇਖਤਿਆਰ ਕਰੀ ਗਈ ਹੈ ਕਹਿ ਕਰਨ ਜੀ ਦੱਸੋ ਇਤਨੀ ਬੜੀ ਮਾਫੀਆ ਨਾ ਕਹਿ ਕੂ ਕਰੀ ਸਕਣਾ ਇੱਕ ਵਾਰੀ ਫਿਰ ਮੈਂ ਤੁਸਾਂ ਹੀ ਆਖਸਾਂ ਅਸਾਂ ਇਸ ਵਕਤ ਸੌ ਢਯਾਲ ਮਾਰਕੀਟ 'ਚ ਗੁਜ਼ਰਨੇ ਹਾਂ ਵੀ ਜਿੱਥੇ ਪਾਣੀ ਖਲਦਾ ਹੋਣਾ ਸਾ ਇਸ ਜਗ੍ਹਾ ਜਿੱਥੇ ਗੁਜ਼ਰਨੇ ਹਾਂ ਵੀ ਅਤੇ ਅੱਲਾਹ ਕੀਤਾ ਇਸਨੇ ਜਾਨ ਛੁੱਟੀ ਸਾਈਡਾਂ ਬੜੇ ਨਾਲੀਆਂ ਵੀ ਬਣਾਉਣੇ ਹੁੰਦੇ ਸੱਜੇ ਔਰ ਖੱਬੇ ਪਾਸੇ ਜੀ ਸਾਊਟ ਅਯਾਲ ਲਪਰਾ ਮੋੜਾ ਸੱਜੇ ਪਾਸੇ ਔਰ ਬੁੰਨਾ ਮੋੜਾ ਖੱਬੇ ਪਾਸੇ ਜੀ ਇੱਥੋਂ ਗੁਜ਼ਰੇ ਜੀ ਅੱਗੇ ਬੇਕਨ ਸਕੂਲ ਸਿਸਟਮ ਔਰ ਮਦਰਸਾ ਲਿਲ ਬਨਾਤ ਬੱਚੀਆਂ ਦਾ ਮਦਰਸਾ ਵੀ ਹੈ ਇੱਥੋਂ ਅੱਗੇ ਤੁਸੀਂ ਕੀ ਕਨਵਾਹ ਸ਼ੁਰੂ ਹੋ ਜਾਣਾ ਇੱਥੋਂ ਸੱਜੇ ਪਾਸੇ ਮਾਲੀ ਰਾਜਗਾਨ ਇੱਥੋਂ ਮਾਲੀ ਵੀ ਇੱਥੋਂ ਜਾਈ ਸਕਣੇ ਇਹ ਨਾਲੀਆਂ ਜਿਹੜੀਆਂ ਦੋਹੀਆਂ ਕਾਫੀ ਹੱਦ ਤੱਕ ਇਹਨਾਂ ਦੀ ਤਿਆਰੀ ਮੁਕੰਮਲ ਹੋਈ ਲੇਕਿਨ ਨਾਲੇ ਫਿਲਹਾਲ ਪਿੱਛੇ ਥੋੜ੍ਹਾ ਕੰਮ ਰਹਿਣਾ ਇਹ ਵੀ ਹਾਲੇ ਜਾਰੀ ਹੈ ਕੰਮ ਖਤਮ ਨਹੀਂ ਹੋਇਆ ਹਾਲੇ ਕਾਫੀ ਟਾਈਮ ਲੱਗ ਸੀ ਲੇਕਿਨ ਇਹ ਹੈ ਕਿ ਰੋਡ ਬਹਾਲ ਕਰੀ ਹੋਈ ਨੇ ਗੱਡੀਆਂ ਵਾਸਤੇ ਪ੍ਰੋਬਲਮ ਨਹੀਂ ਇੱਥੋਂ ਖੱਬੇ ਪਾਸੇ ਕਨਵਾਹ ਬੜਾ ਗਰਾਂ ਵਾ ਇਹ ਕਨਵਾਹ ਜਨਾਬ ਅੱਲਾਹ ਤਾਲਾ ਗਰੀ ਕੇ ਰਹਿਮਤ ਕਰੇ ਡਾਕਟਰ ਸੱਜਾਦ ਸਾਹਿਬ ਜੀ ਇਸ ਸੱਜੇ ਪਾਸੇ ਉਹਨਾਂ ਨੇ ਕਲੀਨਿਕ ਹੋਣਾ ਸਰ ਰਾਇਸ਼ ਵੀ ਇੱਥੇ ਹੀ ਸਨ ਟੋਕ ਅੱਜ ਹੀ ਜੁਮਾ ਹੋਣ ਜਾਵੇਦ ਇਕਬਾਲ ਹੈ ਇੱਥੇ ਬੜੇ ਅੱਛੇ ਔਰ ਕਲਰ ਉਹਨਾਂ ਨੇ ਸਾਊਂਡ ਸਿਸਟਮ ਵਗੈਰਾ ਹਰ ਚੀਜ਼ ਠੀਕ ਵੀ ਕਰ ਰਹੇ ਨੇ ਇਲੈਕਟ੍ਰੋਨਿਕਸ ਦੀਆਂ ਜਿਤਨੀਆਂ ਚੀਜ਼ਾਂ ਹੀ ਆ ਇਹ ਜਨਾਬ ਕੱਸੀ ਹੈ ਆਦਿ ਜੁਮਾ ਹਾਨ ਅਤੇ ਇਸ ਮੋੜਾ ਕਿ ਕਾਫੀ ਖੁੱਲ੍ਹਾ ਕੀਤਾ ਗਿਆ ਇਹ ਪਹਿਲੇ ਅੰਧੇ ਮੋੜ ਸੀ ਕਿ
ਅਗਰ ਜਿਲ੍ਹੇ ਤੋਂ ਮੁੰਡੇ ਉਹ ਗੱਡੀ ਨਜ਼ਰ ਨਹੀਂ ਅਛਣੀ ਸੀ ਕਿ ਮੋਟਰਸਾਈਕਲ ਅਛਣਾ ਪਿਆ ਜਾਂ ਗੱਡੀ ਅਛਣੀ ਪਈ। ਪਹੁੰਚੀ ਹੈ ਜੀ ਅਸਾਂ ਬੈਂਕ ਚੌਕ ਕਨਵਾ, ਇੱਥੋਂ ਸੱਜੇ ਪਾਸੇ ਥੁਮਾਲੀ ਰੋਡ ਹੈ, ਖੱਬੇ ਪਾਸੇ ਸੂਈ ਚੀਮੀਆਂ ਔਰ ਗੁਜਰਹਾਨ ਵਾਲੇ ਪਾਸੇ ਤੁਸੀਂ ਜਾ ਸਕਦੇ ਹੋ, ਔਰ ਅੱਗੇ ਸਿੱਧੇ ਕਲਰ ਸਜਦਾ ਪਿੰਡੀ ਵਾਸਤੇ। ਅਤੇ ਤੁਸਾਂ ਕੀ ਅੱਗੇ ਅਸਾਂ ਦੱਸਿਆ ਕਿ ਡੜਿਆਲ ਆਜ਼ਾਦ ਜੰਮੂ ਕਸ਼ਮੀਰ ਉਹਨਾਂ ਲੋਕਾਂ ਦੀ ਆਸਾਨੀ ਵਾਸਤੇ ਬੜਾ ਅੱਛਾ ਕੰਮ ਹੋਣਾ ਹੈ ਪਿਆ। ਅਤੇ ਬੈਂਕ ਚੌਕ ਅਸਾਂ ਹੁਣ ਕ੍ਰਾਸ ਕਰੀ ਆਏ ਹਾਂ, ਅੱਗੇ ਹੁਣ ਅਸਾਂ ਦਾਖਲ ਹੋਏ ਹਾਂ ਮੋੜਾ ਦਿਆਲ ਧਿਆਲਾਂ ਮੋੜਾ। ਇਹ ਸੱਜੇ ਪਾਸੇ ਸਕੂਲ ਹੈ, ਗਰਲਸ ਹਾਈ ਸਕੂਲ ਹੈ। ਇਹ ਅੱਗੇ ਸੱਜੇ ਔਰ ਖੱਬੇ ਮੋੜਾ ਧਿਆਲ ਸ਼ੁਰੂ ਹੋਈ ਗਿਆ। ਇਸ ਮਾਰਿਓ ਅਸਾਂ ਆਉਣੇ ਹਾਂ ਕਿ ਰੋਡਾਂ ਪਰ ਥੋੜ੍ਹੇ ਜਿਹੇ ਆਸਤਾ ਔਰ ਕੰਟਰੋਲ ਹੀ ਚਲਾਇਆ ਕਰੋ, ਕਿ ਤੱਕਣੇ ਹੋ ਕੇ ਤੁਸੀਂ ਕਿ ਮਾਲ ਮਵੇਸ਼ੀ ਬਜ਼ੁਰਗ ਰਾਰ ਪਾਰ ਹੋਣੇ ਨੇ ਪਏ, ਕਿਉਂਕਿ ਲੋਕਲ ਸਟੈਂਡਰਡ ਦੀ ਰੋਡ ਬੜੀ ਜੇਕਰ ਲੋਕਲ ਇਲਾਕਾ ਹੈ ਨਹੀਂ, ਇਸ ਨੇ ਵਿੱਚ ਤਮਾਮ ਚੀਜ਼ਾਂ ਰੋਡੋਂ ਰਾਰ ਪਾਰ ਹੋਣੀਆਂ ਰਹਿਣੀਆਂ। ਅਤੇ ਗੱਡੀ ਚਲਾਉਣੇ ਹੋ ਜੀ ਦੋਸਤੋ, ਕੋਈ ਨਹੀਂ, ਕੁਛ ਚੰਦ ਸੈਕਿੰਡ ਨਾਲ ਹੀ ਫਰਕ ਹੋਣਾ ਹੈ। ਅਤੇ ਆਪਣੇ ਆਪ ਹੈ ਕਿ ਬਚਾਓ, ਅਤੇ ਜਿਹੜੀ ਅੱਗੇ ਚੀਜ਼ ਅਛਣੀ ਇਨਸਾਨ ਹੈ ਜਾਂ ਮਾਲ ਮਵੇਸ਼ੀ ਹੈ ਉਹ ਇੱਥੋਂ ਗੁਜ਼ਰਨੇ ਰਹਿਣੇ। ਤਾਂ ਅਸਾਂ ਇਸ ਵਕਤ ਜਨਾਬ ਜ਼ੁਲਫਕਾਰ ਵਾਲੇ ਭੱਠੇ ਕੋਲ ਪਹੁੰਚੀ ਚੁੱਕੇ ਹਾਂ, ਔਰ ਇਸੀ ਸ਼ਕਰਨਾਲ ਆਖਣੇ ਜੀ ਇਹ ਸਾਹਮਣੇ ਮਸ਼ੀਨਾਂ ਖਲਦੀਆਂ ਇੱਥੇ ਤੱਕ ਬਣੀ ਚੁੱਕੀ ਹੈ। ਅਤੇ ਉਹ ਹੀ ਸਕਣਾ ਕਿ ਕੱਲ੍ਹ ਮੋੜਾ ਫਰਿਆਲ ਤੱਕ ਪਹੁੰਚ ਜਾਏ, ਸ਼ਕਰਨਾਲ ਹੀ ਸੀ ਆਖਣੇ ਸ਼ਕਰਨਾਲ। ਇਹ ਮਸ਼ੀਨਰੀ ਹੈ, ਇੱਥੋਂ ਸਿੰਗਲ ਲੱਗੇ ਹੋਈਏ, ਇੱਥੋਂ ਡਬਲ ਕਰਨੇ ਇਹਨਾਂ ਵੀ, ਫਿਰ ਅੱਗੇ ਉਹੀ ਸਕਣਾ ਕਿ ਇਹ ਇੱਧਰ ਵੀ ਇਹਨਾਂ ਸੇਵਰਨ ਨਿਜ਼ਾਮ ਆ ਜਿਹੜੀ ਨਾਲੀਆਂ ਉਹ ਵੀ ਬਣ ਸਕਣ, ਔਰ ਅੱਗੇ ਜਿਹੜਾ ਫੜਿਆਲਾ ਮੋੜਾ ਇਹ ਲਾਲਾ ਜੀ ਹੋਟਲ ਹੈ, ਖੱਬੇ ਪਾਸੇ ਵਾਦੀ ਹੋਟਲ ਹੈ, ਔਰ ਸੱਜੇ ਪਾਸੇ ਦਰਵੇਸ਼ ਸਵੀਟ ਹਾਊਸ। ਬੜੀ ਅੱਛੀ ਔਰ ਬੜੇ ਮੁਨਾਸਿਬ ਰੇਟ ਹੈ ਇਹਨਾਂ ਨੇ, ਔਰ ਜ਼ਿਆਦਾਤਰ ਲੋਕ ਜਿਹੜੇ ਇੱਧਰ ਜਾਣ ਵਾਲੇ ਡੜਿਆਲ ਆਜ਼ਾਦ ਕਸ਼ਮੀਰ ਉਹ ਜ਼ਿਆਦਾਤਰ ਇਹਨਾਂ ਕੋਲੋਂ ਹੀ ਕਿੰਨੇ ਹਨ। ਇਹ ਜਨਾਬ ਮੋੜਾ ਫੜਿਆਲ ਆ ਗਏ ਹਾਂ ਜੀ, ਦਾਖਲਾ ਇਸਨੇ ਵੀ ਸਾੜਾ ਹੋ ਗਿਆ। ਇੱਥੇ ਮਸ਼ੀਨ ਹੋਣੀ ਹੋਣੀ ਸੀ ਖੱਬੇ ਪਾਸੇ ਪੁਰਾਣੀ, ਜਿਹੜੇ ਕੁਛ ਦੋਸਤਾਂ ਕੀ ਅਗਰ ਪਤਾ ਹੋਇਆ ਤਾਂ ਇੱਥੇ ਆਪਣਾ ਆਇਲ ਵੀ ਉਹ ਕਹਿਣੇ ਹੋਣੇ ਸੀ ਕਿ ਸਾਰਿਓ ਪੀੜਨੇ ਹਨ, ਨਾਲ ਤਾਂ ਪਿੰਜਣੇ ਵਾਲਾ ਰੂਹੀ ਪਿੰਜਣੇ ਵਾਲਾ ਵੀ ਉਹ ਆਉਣਾ ਸੱਠੀ ਆ ਨਾਲ, ਲੇਕਿਨ ਵਕਤ ਨਾਲ ਨਾਲ ਅੱਗੇ ਪਿੱਛੇ ਨਿਕਲਣ ਨਾਲ ਹੁਣ ਉਹ ਚੀਜ਼ਾਂ ਨਾਪੈਦ ਹੋ ਗਈਆਂ ਜੀ। ਸਾਡਾ ਦਰਸ ਅਸਾਂ ਇਸ ਲਈ ਮੋੜਾ ਫੜਿਆਲ ਵਾਲੇ ਦਰਸ ਕੋਲੋਂ ਗੁਜ਼ਰ ਰਹੇ ਹਾਂ ਵੇ, ਅੱਗੇ ਇੱਥੇ ਖੱਬੇ ਪਾਸੇ ਰਸਤਾ ਜਸਵਾਲਾ ਚਲਾ ਜਾਣਾ, ਔਰ ਜਸਵਾਲੇ ਸੂਹ ਵੀ ਅੱਗੇ ਪਾਰ ਤੁਸੀਂ ਪਿੰਡ ਸੂਈ ਚੀਮੀਆਂ ਵੀ ਜਾ ਸਕਣਾ। ਇਹ ਜਿਹੜਾ ਇੱਥੋਂ ਰੋਡ ਹੈ ਪਿੱਛੇ ਬਿਲਕੁਲ ਇੱਥੋਂ ਖੱਬੇ ਪਾਸੇ ਅੱਛੀ, ਇੱਧਰ ਪਹਿਲੇ ਕੰਮ ਹੋਇਆ ਸਾ ਜਿਹੜਾ ਸਿਵਰੇਜ ਨਿਜ਼ਾਮ ਸੀ, ਬੜਾ ਅੱਛਾ ਇਹਨਾਂ ਬੜਾ ਬਿਹਤਰੀਨ ਉਹ ਕੀਤਾ ਨੇ, ਕਿਉਂਕਿ ਪ੍ਰੋਬਲਮ ਨਹੀਂ ਰਹੀ ਹੈ ਕਿ ਬੰਦਾ
ਪਰੇਸ਼ਾਨ ਹੋ ਸੀ ਅਤੇ ਪੁਲਾ ਪਰ ਪਹੁੰਚੀ ਹਾਂ ਜੀ ਸ਼ਹੀਨ ਸਕੂਲ। ਇਹ ਨਾਲ ਵੈਂਸ ਕਾਰ ਹੈ ਜੀ, ਵਾਸ਼ਿੰਗ ਪੁਆਇੰਟ ਅਤੇ ਸੱਜੇ ਪਾਸੇ ਸ਼ਹੀਨ ਸਕੂਲ ਹੈ ਅਤੇ ਅੱਗੇ ਹੁਣ ਤੱਕ ਉਹ ਤੱਕਣੇ ਹਾਂ ਕਿ ਸ਼ਹਿਰ ਇੱਧਰ ਜੁਲਾਂ ਜਾਂ ਬਾਹਰੋਂ ਬਾਹਰ ਜੁਲਾਂ। ਅਤੇ ਗੱਡੀ ਆਪੋ ਹੀ ਚਲਾਉਣੀ ਆ ਬਈ, ਇਸ ਵਾਸਤੇ ਇੰਤਖਾਬ ਹੋਇਆ ਜੀ ਕਿ ਸ਼ਹਿਰ ਵਿੱਚ ਹੀ ਜੁਸਾਂ ਜੀ। ਇਧਰ ਮਾਰਕੀ ਹੈ ਜੀ ਆਪਣਾ ਬੇਗ ਸਾਹਿਬ ਉਹਨਾਂ ਨੇ, ਅਤੇ ਜਿਹੜੇ ਦੋਏ ਐ ਸਨ ਅੱਛੀ ਮੈਨੇਜ ਹੋਣੀ ਹੈ ਵੀ, ਲੇਕਿਨ ਉਹ ਫਿਰ ਉਹੀ ਹਿਸਾਬ ਹੋਣਾ ਪਿਆ ਇੱਧਰ ਵੀ ਬਾਈਪਾਸ ਉੱਪਰ ਵੀ ਜਿਸ ਤਰ੍ਹਾਂ ਕਲਰ ਸਹੀਦਾ ਗੱਡੀ ਖਿਲਾਉਣੇ ਨਹੀਂ ਜਾ ਕੋ ਨਹੀਂ ਹੈ, ਇਸ ਤਰ੍ਹਾਂ ਇਸ ਪਾਸੇ ਵੀ ਬਿਲਕੁਲ ਤੱਕਣੇ ਹੋ ਫਿਰ ਰੋਡ ਹੈ ਉੱਪਰ 40 ਦਿਨ ਤੋਂ ਉਹ ਫਿਰ ਜਿਤਨੀ ਮਾਰਕੀਟ ਨਹੀਂ ਵੈਲਿਊ ਹੋਣੀ ਉਹ ਖਤਮ ਹੋ ਜਾਣੀ। ਪਰ ਤੁਸਾਂ ਅੱਗੇ ਇੱਕ ਦੁਕਾਨ ਹੀ ਜਗ੍ਹਾ ਛੋੜ ਦਿਓ, ਤੁਸਾਂ ਨਹੀਂ ਔਰ ਤਾਂ ਕਿਸੇ ਨੇ ਨਹੀਂ ਜੀ, ਤੁਸਾਂ ਨਹੀਂ ਮਰਜ਼ੀ ਤੋਂ ਬਗੈਰ ਤਾਂ ਕੋਈ ਕੰਮ ਨਹੀਂ ਆਉਣਾ। ਅਤੇ ਜੇ ਹੁਣ ਅਗਰ ਸਦਰੇ ਖਾਲੀ ਆ ਹੋ ਕੇ ਬਸ ਉੱਤਾਂ ਜਿੱਦਾਂ ਗਏ ਸੀ ਕੰਮ ਹੋਈ ਗਿਆ ਤਾਂ ਫੋਟੋ ਬਣਾਈ ਤਾਂ ਭੇਜੀ ਛੋੜਿਆ ਨਹੀਂ, ਤਾਂ ਫੋਟੋਆਂ ਨਾਲ ਕੰਮ ਨਹੀਂ ਚੱਲਾਂ ਜੀ। ਇੱਥੋਂ ਜਨਾਬ ਇਹ ਪਿਛਲੀ ਸਾਈਡ ਪਰ ਆਇਆ ਸੀ ਔਰਜ਼ੀ ਮਾਲ, ਇੱਥੇ ਜਨਾਬ ਦੇ ਤਖਾਰ ਪਖੜਾਲ ਸਾਹਿਬ ਹੈ। ਅਬਦੁਲ ਅਜ਼ੀਜ਼ ਹੋਣੇ ਹੋਣੇ ਸੀ ਜੀ, ਚੌਧਰੀ ਅਬਦੁਲ ਅਜ਼ੀਜ਼ ਜਸਵਾਲੇ ਨੇ ਇੱਥੇ ਉਹਨਾਂ ਨੇ ਸ਼ਾਪ ਹੋਣੀ ਹੁਣ ਸੀ, ਅਤੇ ਅੱਲਾ ਕੀਤਾ ਤਾਂ ਇੰਗਲੈਂਡ ਚਲੇ ਗਏ। ਅਸੀਂ ਬੜੀ ਖੁਸ਼ੀ ਹੋਈ ਕਿ ਮਾਸ਼ਾਅੱਲਾ ਹੁਣ ਪੌਂਡ ਸ਼ੌਂਡ ਕਮਾ ਸਨ, ਅਤੇ ਫਿਰ ਆਪਣੇ ਜਿਹੜੇ ਉਹਨਾਂ ਦੀਆਂ ਇਹ ਖੁਆਇਸ਼ਾਂ ਦਿਲ ਹੈ ਨਹੀਂ ਯਾਰ, ਬੰਦੇ ਨੇ ਖੁਆਇਸ਼ ਹੋਣੀ ਨਾ ਜੀ, ਅਤੇ ਮਿਹਨਤ ਕਰਨੀ ਵੀ ਬਹੁਤ ਸਾਰੀ। ਅਤੇ ਭੁੱਲੇ ਤੂੰ ਵੀ ਨਜ਼ਾਰਾ ਕਰੋ ਤਾਂ ਅਜ਼ੀਜ਼ ਔਰ ਬਹੁਤ ਮਿਹਨਤ ਕਰਨੀ ਪਈ ਮਾਸ਼ਾਅੱਲਾ। ਕਲਰ ਪੁੱਲੇ ਪਰ ਅਸਾਂ ਪਹੁੰਚੀ ਹੈ ਜੀ, ਇਹ ਪੁੱਲ ਵੀ ਮਾਸ਼ਾਅੱਲਾ ਚੰਗਾ ਬਣੀ ਗਿਆ, ਬਸ ਵਕਤ ਵਕਤ ਨਹੀਂ ਗੱਲ ਹੋਣੀ ਹੈ, ਜਿਸ ਵਕਤ ਨਾਲ ਚੱਲਿਆ ਜਿਹੜਾ ਬੰਦਾ ਉਹ ਕਾਮਯਾਬ ਹੋਇਆ, ਜਿਹੜਾ ਬੰਦਾ ਵਕਤ ਤੋਂ ਪਿੱਛੇ ਰਹਿ ਗਿਆ ਉਹ ਵੀ। ਲੇਕਿਨ ਅਗਰ ਇਹ ਵੀ ਹੈ ਕਿ ਵਕਤ ਤੋਂ ਅਗਰ ਤੁਸੀਂ ਬਰਾਬਰ ਚੱਲੇ ਹੋ ਵੀ ਵਕਤ ਨਾਲ ਤਾਂ ਬੜਾ ਅੱਛਾ ਹੈ, ਦਰਮਿਆਨੇ ਮਿਆਨਾ ਰਵੀ ਤਾਂ ਬੜਾ ਜ਼ਬਰਦਸਤ ਹੈ, ਜੇ ਅਗਰ ਤੁਸੀਂ ਵਕਤ ਤੋਂ ਹੀ ਅੱਗੇ ਨਿਕਲੀ ਜਾਓ ਫਿਰ ਹੀ ਬੰਦਾ ਫੇਲ ਹੋਈ ਜਾਣਾ। ਅਸਾਂ ਇਸ ਲਈ ਇਹ ਬੁਣ ਜਿਹੜਾ ਹੈ ਜੀ ਜਿਸਨੇ ਵਿੱਚ ਸ਼ਹੀਦ ਸਵੀਟ ਹੈ, ਆਪਣਾ ਹੋਰ ਵੀ ਬੇਕਰੀਆਂ ਇੱਥੇ ਕਾਫੀ ਆ, G5 ਮਾਲ ਹੈ, ਔਰ ਉੱਪਰ ਇਹ ਵੈਗਨਾਂ ਨੇ ਜਿਹੜੇ ਟਿਊਟੇ ਜਿਹੜੇ ਵਿਚਾਰੇ ਘੜੀ ਕੁੱਥਾ ਕਲਤੇ ਹੋਣੇ, ਘੜੀ ਕੁੱਥਾ ਉਹ ਜਿਹੜਾ ਅੱਡਾ ਆਇਆ ਸੀ ਉਸੀ ਖਤਮ ਕਰੀ ਛੋੜਿਆ ਨੇ, ਪਤਾ ਨਹੀਂ ਉੱਥੇ ਕਿਆ ਬਣੀ ਗਿਆ, ਲੇਕਿਨ ਇਹ ਹੈ ਕਿ ਉੱਥੋਂ ਖਤਮ ਹੋਈ ਗਿਆ। ਅਤੇ G5 ਤੋਂ ਅੱਗੇ ਨਿਕਲੇ ਹਾਂ ਅਸਾਂ ਇਸ ਵਕਤ, ਅਤੇ ਅੱਗੇ ਦਿਸਣਾ ਪਿਆ ਕੋਈ ਜਣਾ ਸਿੰਘ ਵਸਾਈ ਤਾਂ ਬੈਠਾ ਵਾ, ਗੱਡੀ ਰੁਕੀ ਅਸੀਂ, ਪਰ ਇਹ ਹੈ ਕਿ ਚੱਲੀ ਹੈ ਵੀ, ਚਲੋ ਥੋੜ੍ਹਾ ਬਹੁਤਾ ਧੋਣਾ ਨਾ ਇਤਨਾ ਧੋਣਾ ਚਾਹੀਦਾ। ਅਤੇ ਇਸ ਲਈ ਜਨਾਬ ਸੁਬਹਾ ਨਾ ਟਾਈਮ ਸੀ ਅਤੇ ਕਲਰ ਸਾਈਡਾਂ ਜਿਹੜੀਆਂ ਉਹ ਬਿਲਕੁਲ ਵੀਰਾਨੀਆਂ ਛਾਈਆਂ ਹੋਈਆਂ ਜੀ। ਹਾਲੇ ਸ਼ਹਿਰਾਂ ਵਿੱਚ ਆਉਣਾ ਹੈ ਕਿ ਕਿਸੇ ਵੀ ਤੋਂ ਬੜੇ ਸ਼ਹਿਰ 'ਚ ਜਾਓ ਕਿ ਸੁਬਹਾ ਸੁਬਹਾ ਦੁਕਾਨਾਂ ਖੁੱਲ੍ਹੀ ਜਾਣੀਆਂ, ਲੇਕਿਨ ਇੱਥੇ ਦੁਕਾਨਾਂ ਖੁੱਲ੍ਹੀਆਂ ਨਹੀਂ ਹੈ, ਦੁਕਾਨਾਂ ਵੀ ਬੰਦ ਹੈ ਜੀ। ਤੱਕੀ ਕਿਣੋ ਬਿਲਕੁਲ ਹੈ ਸਕੂਨ, ਟਾਈਮ ਵੀ ਕਾਫੀ ਹੋ ਗਿਆ, ਮੈਂ ਸਵਾ 8 ਹੋਈ ਗਈ ਹਾਲੇ ਜੀਆਂ, ਕੋਈ ਵੀ ਤਾਜਰ ਦੁਕਾਨਦਾਰ ਨਹੀਂ ਪਹੁੰਚਿਆ,
ਕੋਈ ਚੰਦ ਆ ਕਹਿਣ ਜਿਹਨਾਂ ਕਿ ਨੀਂਦਰ ਨਹੀਂ ਅਸੀਂ ਨਹੀਂ ਉਹ ਪਹਿਲੇ ਆ ਰਹੇ ਨੇ, ਬਾਕੀ ਜਿਹੜਾ ਨਾ ਉਹ ਜਾਣੇ ਜਿਹੜੇ ਸਹਿਣੇ ਵਾਲੇ ਵੀ ਉਹ ਬੜੇ ਦੂਰ। ਅਤੇ ਗੁਜ਼ਾਰਿਸ਼ ਕਰ ਸਕਾਂਗੇ, ਕੱਲਰ ਸਜਦਾ ਸ਼ਹਿਰਾਂ ਵਿੱਚੋਂ ਗੁਜ਼ਰ ਰਹੇ ਹਾਂ ਵੀ ਇੱਥੋਂ ਖੱਬੇ ਪਾਸੇ ਆਪਣਾ ਹੈ ਗੁਜਰਹਾਨ ਰੋਡ ਔਰ ਸੱਜੇ ਪਾਸੇ ਬਾਜ਼ਾਰ ਹੈ ਜਿਹੜਾ ਮੇਨ ਬਾਜ਼ਾਰ ਕੱਲਰ ਸਜਦਾ ਨੂੰ ਉਹ ਜੀ, ਇੱਧਰ ਸੱਜੇ ਪਾਸੇ ਮੁਗਲ ਬਾਜ਼ਾਰ ਉਮਜਦ ਹੁਸੈਨ ਰਾਜਾ ਸਾਹਿਬ ਸਾਕੀ ਗੁਜਰ ਔਰ ਮੁਹੰਮਦ ਜਾਵੇਦ ਚਸ਼ਤੀ ਐਡਵੋਕੇਟ, ਇੱਥੋਂ ਸਾਨੂੰ ਗੁਜ਼ਰ ਅੱਗੇ ਹੋਇਆ। ਇੱਧਰ ਖੱਬੇ ਪਾਸੇ ਗਰਾਊਂਡ ਵੀ ਹੈ ਅਤੇ ਬੜੀ ਕਾਵਿਸ਼ ਔਰ ਕੋਸ਼ਿਸ਼ ਰਹੀ ਹੈ ਇਹ ਇਸ ਕਿ ਕਲਰ ਸਜਦਿਆਂ ਕਿ ਬਿਲਡ ਕਰਨ ਵਿੱਚ ਚੌਧਰੀ ਨਸਾਰ ਅਲੀ ਖਾਨ ਨੇ। ਇਹ ਸ਼ੁਕਰਗੁਜ਼ਾਰ ਹਾਂ ਉਸ ਜਣੇ ਨੇ ਕਿ ਉਹ ਜਣਾ ਆਇਆ ਅਤੇ ਕਾਫੀ ਹੱਦ ਤੱਕ ਇੱਥੇ ਬੜੀਆਂ ਬਿਹਤਰੀਆਂ ਹੋਈਆਂ, ਕਾਲਜਿਸ ਸਕੂਲ ਉਹਨਾਂ ਦੀ ਬਿਹਤਰੀ ਹੋਈ, ਐਕਸਟੈਂਸ਼ਨ ਉਹਨਾਂ ਨਹੀਂ ਲੱਭੀ, ਲੇਕਿਨ ਇਹ ਹੈ ਕਿ ਚਲੋ ਐਕਸਟੈਂਡ ਹੋਣਾ ਰਿਹਾ ਨਾਲ ਨਾਲ। ਆਪਾਂ ਹੁਣ ਅਸਾਂ ਜੁਲੇ ਹਾਂ ਵੀ ਇੱਥੋਂ ਨਿਕਲੀ ਹਾਂ ਤਾਂ ਅੱਗੇ ਹੁਣ ਸੱਜੇ ਪਾਸੇ ਨਾਦਰਾ ਆਫਿਸ ਹੈ ਜਿਹੜਾ ਉਹ ਹੈ ਸੀ, ਫਿਰ ਉਸਨੇ ਤੋਂ ਬਾਅਦ THQ ਕਲਰ ਸਜਦਾ। ਅਤੇ ਇੱਥੇ ਜਨਾਬ ਇਹ ਜਿੱਥੇ ਬੰਦੇ ਰਿਕਸ਼ੇ ਖਲਦੇ ਵੀ ਹੈ ਸੱਜੇ ਪਾਸੇ, ਇੱਥੋਂ ਅੰਦਰ ਉਹ ਸਾਹਮਣੇ ਲਿਖਿਆ ਵੀ ਹੈ ਨਾਦਰਾ, ਇੱਥੋਂ ਸ਼ਰਾਤੀ ਕਾਰਡ ਬਣਨੇ, ਹਾਲਾਂਕਿ ਤਾਂ ਇੱਥੇ ਪਾਸਪੋਰਟ ਵੀ ਕਰੀ ਛੋੜਨ ਤਾਂ ਬੜਾ ਮਜ਼ਾ ਹੋ ਜਾਏ, ਕਿਉਂਕਿ ਜੇ ਅਗਰ ਇਹ ਚੀਜ਼ਾਂ ਕਰੀ ਛੋੜਨ ਤਾਂ ਫਿਰ ਆਵਾਮ ਵਾਸਤੇ ਸਹੂਲਤ ਹੋ ਜਾਣੀ। ਅਤੇ ਸਰਕਾਰੀ ਮਹਿਕਮੇ ਹੋਣ ਜਾਂ ਨੁਮਾਇੰਦੇ ਹੋਣ, MNA MPA ਹੋਣ ਜਾਂ ਕੌਂਸਲਰ ਜਾਂ ਚੇਅਰਮੈਨ ਹੋਣ, ਸਾਰੇ ਆਪਣੀ ਹੱਦ ਤੱਕ ਆਪਣੀ ਜ਼ਾਤ ਵਾਸਤੇ ਸੋਚਣ ਜਾਂ ਆਪਣੇ ਰਿਸ਼ਤੇਦਾਰਾਂ ਵਾਸਤੇ ਸੋਚਣ, ਬਾਕੀ ਇਹ ਆਹੋ ਜੇ ਕਿ ਕੋਈ ਕੰਮ ਕਰ ਸਕਣ ਤਾਂ ਬੜਾ ਮੁਸ਼ਕਿਲ ਹੈ। ਅਤੇ ਜ਼ਿਲ੍ਹਾ ਕੁਰਾ ਕੋਈ ਥੋੜ੍ਹੀ ਜਿਹੀ ਸੜਕ ਬਣੀ ਵੀ ਜਾਂ 5-7 ਗਜ਼ ਵੀ, ਫਿਰ ਜਣੇ ਨੇ ਪੁੱਤਰੋ ਪੂਰੀ ਦਿਹਾੜ ਢੋ ਲੈ ਲੱਗੀ ਆਣੇ, ਜਣੇ ਨੇ ਪੁੱਤਰਾ ਤੂੰ ਰੋਟੀ ਵੀ ਨਹੀਂ ਖਾਣੀ ਅਤੇ ਬਲਕਿ ਪਾਣੀ ਵੀ ਹੈ ਖਾਲੀ ਖਾਲੀ ਪੀ, ਲੇਕਿਨ ਢੋਲ ਵਜਾਈ ਆ ਤਾਂ ਸਾਰੇ ਗੀਤ ਗਾਈ ਹੈ। ਕੋਸ਼ਿਸ਼ ਕਰਿਆ ਕਰੋ ਸਾਰੇ ਜੀ ਕਿ ਬਿਹਤਰੀਨ ਮਾਹੌਲ ਹੈ ਆਪਣੇ ਹਕੂਕ ਵਾਸਤੇ, ਰੋਡ ਬਲਾਕ ਨਾ ਕਰੋ ਬਲਕਿ ਆਪਣੇ ਹਕੂਕ ਕਿੰਨੇ ਵਾਸਤੇ, ਜਿਹੜੇ ਅਦਾਰੇ ਵਿੱਚ ਤੁਸਾਂ ਨੇ ਹਕੂਕ ਹੈ ਉੱਥੇ ਜਾਈ ਤਾਂ ਡਾਇਰੈਕਟ ਨੌਕਰੀ ਕਰੋ, ਕਿਉਂਕਿ ਜਿਤਨੇ ਵੀ ਕੰਮ ਹੋਣੇ ਨੇ ਪੇ, ਤਰੱਕਿਆਤੀ ਕੰਮ ਹੋਣੇ ਪੇ, ਐਜੂਕੇਸ਼ਨ ਹੈ ਜਾਂ ਮਹਿਕਮਾ ਮਾਲ ਹੈ ਜਾਂ ਕੋਈ ਵੀ ਪਾਕਿਸਤਾਨ ਦਾ ਇਦਾਰਾ ਹੈ,